ਮੈਨੂੰ ਲੱਗਦਾ ਕਿ ਆਪਣੇ ਮੋਰਲਸ ਇਮੋਸ਼ਨਸ ਔਰ ਫੈਮਿਲੀ ਬਾਹਰਲੇ ਕੋਈ ਤੀਸਰਾ ਚੌਥੇ ਰਿਸ਼ਤੇਦਾਰ ਨਾਲ ਤਾਂ ਜੋ ਮਰਜ਼ੀ ਤੁਸੀਂ ਕਰ ਲਓ, ਮਾਂ ਪਿਓ ਦੇ ਨਾਲ ਨਹੀਂ ਕਦੀ ਕੀਤੀ, ਉਹ ਇੱਕ ਤਰ੍ਹਾਂ ਰੱਬ ਦਾ ਰੂਪ ਹੀ ਹੈ। ਅਤੇ ਜਦ ਬੰਦਾ ਕਹੇ ਨਾ ਕਿ ਮੰਦਰਾਂ 'ਚ ਚੱਲ ਜਾਵਾਂ, ਮੈਂ ਰੱਬ ਨੂੰ ਮੱਥਾ ਟੇਕ ਲਵਾਂ ਔਰ ਮਾਂ ਪਿਓ ਨੂੰ ਆ ਕੇ ਘਰ ਸਿਆਣੇ ਨਾ, ਅਤੇ ਇਸ ਕਰਕੇ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹ ਰੱਬ ਦਾ ਨਿਰਾਦਰ ਹੀ ਆ, ਮਾਂ ਪਿਓ ਨੂੰ ਨਾ ਸਿਆਣਾ। ਤੁਸੀਂ ਕਲੀ ਚੋਟਾ ਫਿਲਮ ਦੇਖੋ, ਇਸ ਸਾਲ 2023 ਤੋਂ ਸਭ ਤੋਂ ਪਹਿਲੀ ਹਿੱਟ ਪਿਕਚਰ ਸੁਪਰਹਿੱਟ ਫਿਲਮ ਕਲੀ ਚੋਟਾ ਹੈ, ਉਸ ਦਿਨ ਕਿ ਨੀਰੂ ਬਾਜਵਾ ਦੀ ਐਜ਼ ਏ ਫੀਮੇਲ ਬੇਸ ਟੋਪਿਕ 'ਤੇ ਫਿਲਮ ਹੈ, ਉਹ ਵੀ ਚੱਲੀ, ਸਮਾਜ ਨੇ ਐਕਸੈਪਟ ਕੀਤੀ। ਕੈਰੀਅਨ ਜੱਟਾ ਆਈ, ਉਹ ਆਪਣੇ ਆਪ 'ਚ ਬਹੁਤ ਸੁਪਰਹਿੱਟ ਫਰੈਂਚਾਈਜ਼ੀ ਹੈ, ਮੇਰੇ ਹਿਸਾਬ ਨਾਲ ਪੰਜਾਬੀ ਸਿਨੇਮੇ ਦੀ ਵਨ ਆਫ ਦਾ ਬਿਗੈਸਟ ਫਰੈਂਚਾਈਜ਼ੀ ਹੈ। ਡਿਫਰੈਂਟ ਗੱਲ ਲੈ ਕੇ ਆਓ, ਮੈਨੂੰ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਉਹ ਕਨੈਕਟ ਕਰਦੀ ਆ। ਔਰ ਰਿਐਲਿਟੀ ਤਾਂ ਹਮੇਸ਼ਾ ਹੀ ਹਰ ਬੰਦੇ ਨੂੰ ਪਤਾ ਹੀ ਹੁੰਦਾ ਰਿਐਲਿਟੀ ਲਾਈਫ ਦਾ ਕੀ ਹੈਗਾ, ਕੋਈ ਮੰਨੇ ਨਾ ਮੰਨੇ ਉਹ ਗੱਲ ਵੱਖਰੀ ਹੈ। ਅਤੇ ਇਸ ਕਰਕੇ ਮੈਨੂੰ ਤਾਂ ਲੱਗਦਾ ਕਿ ਇਹ ਕੋਈ ਵੀ ਟੋਪਿਕ ਵਧੀਆ ਹੋਵੇ, ਕੋਈ ਵੀ ਲਾਈਫ ਦੇ ਵਿੱਚ ਪ੍ਰੈਕਟੀਕਲ ਟੋਪਿਕ ਹੋਵੇ, ਬੰਨੀਆਂ ਜਿਹੜੀਆਂ ਫੇਕ ਸਟੋਰੀਆਂ ਤਾਂ ਉਹ ਵੀ ਚੱਲਦੀਆਂ, ਨਹੀਂ ਚੱਲਦੀਆਂ, ਬਟ ਕਿਤੇ ਨਾ ਕਿਤੇ ਇੱਦਾਂ ਦੀਆਂ ਫਿਲਮਾਂ ਵੀ ਬਣਨੀਆਂ ਚਾਹੀਦੀਆਂ, ਹਰ ਤਰ੍ਹਾਂ ਦੀ ਫਿਲਮਾਂ ਸਮਾਜ 'ਚ ਬਣਨੀਆਂ ਚਾਹੀਦੀਆਂ। ਸਤਿ ਸ਼੍ਰੀ ਅਕਾਲ ਦਰਸ਼ਕੋ, ਕੀ ਹਾਲ ਚਾਲ ਹੈ। 27 ਅਕਟੂਬਰ ਨੂੰ ਨਿਊਕਲੀਅਰ ਪ੍ਰੋਡਕਸ਼ਨ ਲੈ ਕੇ ਆ ਰਹੇ ਤੁਹਾਡੇ ਲਈ ਫਿਲਮ ਸਰਦਾਰਾ ਐਂਡ ਸੰਸ, ਜਿਸ ਦੇ ਵਿੱਚ ਸਾਨੂੰ ਯੋਗਰਾਜ ਸਿੰਘ, ਸਰਬਜੀਤ ਚੀਮਾ ਅਤੇ ਨਾਲ ਹੀ ਰੋਸ਼ਨਪ੍ਰੀਤ ਨਜ਼ਰ ਆਉਣਗੇ, ਹੋਰ ਵੀ ਵੱਡੇ ਵੱਡੇ ਕਲਾਕਾਰ ਆਪਣੀ ਕਲਾ ਦਾ ਜੌਹਰ ਦਿਖਾਉਣਗੇ। ਸੋ ਫਿਲਮ ਬਹੁਤ ਹੀ ਯੂਨੀਕ ਮੁੱਦੇ 'ਤੇ ਬਣੀ ਹੈ ਅਤੇ ਇਹ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਫਿਲਮ ਆਪਾਂ ਕਹਿ ਸਕਦੇ ਹਾਂ, ਕਿਉਂਕਿ ਦੇਖੋ ਸਮਾਜ ਦੇ ਵਿੱਚ ਸਾਡੇ ਨਾਲ ਜੋ ਕੁਛ ਵਾਪਰ ਰਿਹਾ ਹੈ ਅਤੇ ਫੌਰਨ ਜਾ ਕੇ ਸਾਡੇ ਨਾਲ ਕੀ ਕੁਛ ਹੁੰਦਾ ਹੈ। ਖੈਰ, ਇਹ ਤਾਂ ਜਗ ਜ਼ਾਹਿਰ ਹੈ, ਬਟ ਉਹਨਾਂ ਦੇ ਵਿੱਚੋਂ ਚੁਣ ਕੇ ਕੁਛ ਕਹਾਣੀਆਂ ਸਾਡੇ ਸਾਹਮਣੇ ਹੁਣ ਇਹ ਸਾਰੇ ਪੇਸ਼ ਕਰਨਗੇ। ਮੇਰੇ ਨਾਲ ਵਿਵੇਕ ਹੋਰੀ ਜੀ, ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਅਤੇ ਫਿਲਮ ਬਾਰੇ ਗੱਲਬਾਤ ਕਰਾਂਗੇ। ਸਰ, ਸਤਿ ਸ਼੍ਰੀ ਅਕਾਲ ਜੀ ਮੈਮ, ਕੀ ਹਾਲ ਚਾਲ? ਬਹੁਤ ਵਧੀਆ ਮੈਮ, ਕਿੱਦਾਂ ਹੀ ਚੱਲਦੀ ਹੈ? ਬਹੁਤ ਵਧੀਆ, ਪ੍ਰਮੋਸ਼ਨ ਵਧੀਆ ਚੱਲ ਰਹੀ ਔਰ ਟ੍ਰੇਲਰ ਅਸੀਂ ਲਾਂਚ ਕੀਤਾ ਅਤੇ ਸਰਦਾਰਾ ਇਨਸਨ ਰਿਐਲਿਟੀ ਦੇ ਨੇੜੇ ਫਿਲਮ ਹੈ ਔਰ ਬਿਲਕੁਲ ਰਿਐਲਿਟੀ ਆ ਹਰ ਬੰਦੇ ਦੀ ਲਾਈਫ ਦੇ ਵਿੱਚ, ਅਤੇ ਤੁਸੀਂ ਨੇੜੇ ਤੇੜੇ ਆਪਣੇ ਤੁਹਾਡੇ ਘਰ 'ਚ ਵੀ ਹੋ ਸਕਦੀ, ਤੁਹਾਡੇ ਰਿਸ਼ਤੇਦਾਰਾਂ ਦੇ ਘਰ 'ਚ ਵੀ ਹੋ ਸਕਦੀ ਹੈ, ਤੁਹਾਡੇ ਗਲੀ ਮੁਹੱਲੇ 'ਚ ਵੀ ਹੋ ਸਕਦੀ। ਇਹ ਇਕੱਲੀ ਕੈਨੇਡਾ ਦੀ ਕਹਾਣੀ ਨਹੀਂ ਹੈ, ਰਿਸ਼ਤਿਆਂ ਦੀ ਕਹਾਣੀ ਹੈ। ਮਾਂ ਪਿਓ ਦਾ ਜਦੋਂ ਮਾਂ ਪਿਓ ਆਪਣੇ ਬੱਚੇ ਨੂੰ ਪਾਲਦੇ ਆ, ਵੱਡਾ ਕਰਦੇ ਆ ਔਰ ਉਹਨੂੰ ਕੰਮ 'ਤੇ ਭੇਜਦੇ ਆ, ਔਰ ਉਹ ਕਿੱਦਾਂ ਮਾਂ ਪਿਓ ਤਾਂ ਆਪਣਾ ਫਰਜ਼ ਨਿਭਾਉਂਦੇ, ਬੱਚੇ ਕਿੱਦਾਂ ਆਪਣਾ, ਜਦੋਂ ਕੋਈ ਨਵਾਂ ਪਾਰਟਨਰ ਲਾਈਫ 'ਚ ਜੁੜਦਾ ਹੈਗਾ, ਮੈਂਬਰ ਉਹਦੇ ਨਾਲ ਵਾਈਫ ਜੁੜਦੀ ਆ, ਉਹ ਕਿੱਦਾਂ ਮਾਂ ਪਿਓ ਦੇ ਜਿਹੜੀ ਪਾਸਟ ਕੀਤੀਆਂ ਚੀਜ਼ਾਂ ਨੂੰ ਭੁੱਲ ਕੇ ਉਹ ਨਵਾਂ ਰਿਸ਼ਤਾ ਹਾਵੀ ਹੋਣ ਲੱਗ ਪੈਂਦਾ, ਉਹਨਾਂ ਉਹਦੇ ਬਾਰੇ ਕਹਾਣੀ ਹੈ। ਔਰ ਮੇਰੇ ਹਿਸਾਬ ਨਾਲ ਕਿਸੇ ਨੂੰ ਵੀ ਸਮਾਜ ਦੇ ਵਿੱਚ ਬੈਲੈਂਸ ਰੱਖਣਾ ਬਹੁਤ ਜ਼ਰੂਰੀ ਹੈ, ਕਿ ਜੇ ਤੁਹਾਡਾ ਵਿਆਹ ਹੋ ਗਿਆ ਅਤੇ ਜਾਂ ਆਪਣੇ ਮਾਂ ਪਿਓ ਜਿਨ੍ਹਾਂ ਨੇ ਤੁਹਾਨੂੰ ਸੰਸਕਾਰ ਦਿੱਤੇ, ਜਿਨ੍ਹਾਂ ਨੇ ਤੁਹਾਨੂੰ ਜ਼ਿੰਦਗੀ ਦਿੱਤੀ, ਜਿਨ੍ਹਾਂ ਨੇ ਤੁਹਾਨੂੰ ਪਾਲਿਆ ਪੋਸਿਆ ਪੜ੍ਹਾਇਆ ਲਿਖਾਇਆ ਔਰ ਉਸ ਕਾਬਿਲ ਬਣਾਇਆ ਕਿ ਅੱਜ ਤੁਸੀਂ ਕਿਸੇ ਮੁਕਾਮ 'ਤੇ ਹੋ ਜਾਂ ਕੋਈ ਕੰਮ ਕਰ ਰਹੇ ਹੋ ਜਾਂ ਜੋ ਵੀ ਕਰ ਰਹੇ ਹੋ, ਉਹਨਾਂ ਦਾ ਰਿਸਪੈਕਟ ਔਰ ਰਿਸਪੈਕਟ ਕਈ ਤਾਂ ਨਹੀਂ ਬਣਦੀ, ਦਿਲੋਂ ਹੀ ਹੋਣੀ ਚਾਹੀਦੀ ਹੈ ਮੇਰੇ ਹਿਸਾਬ। ਅੱਛਾ, ਇੱਕ ਮੀਮ ਅਤੇ ਸੋਸ਼ਲ ਮੀਡੀਆ 'ਤੇ ਬਹੁਤ ਕੁਛ ਵਾਇਰਲ ਹੁੰਦਾ ਕਿ ਰਿਸ਼ਤੇਦਾਰਾਂ ਦੀ ਵੈਲਿਊ ਨੂੰ ਲੈ ਕੇ, ਕਿ ਰਿਸ਼ਤੇਦਾਰ ਤਾਂ ਬਸ ਐਂ ਹੁੰਦੇ ਨੇ, ਮਤਲਬ ਉਹਨਾਂ ਦੀ ਆਦਤ ਆ ਟੰਗ ਫਸਾਉਣ ਦੀ, ਰਿਸ਼ਤਿਆਂ ਦੀ ਵੈਲਿਊ ਕਿਤੇ ਨਾ ਕਿਤੇ ਲੋਕ ਛੇਤੀ ਨਹੀਂ ਸਮਝ ਰਹੇ ਜਾਂ ਫਿਰ ਉਹਨਾਂ ਨੂੰ ਮਿਸਗਾਈਡ ਕੀਤਾ ਜਾ ਰਿਹਾ ਕਿ ਸਮਾਜ ਦਾ ਨਜ਼ਰੀਆ ਕਿਉਂ ਇੰਨਾ ਬਦਲ ਚੁੱਕਿਆ ਹੁਣ, ਖਾਸ ਕਰ ਯੂਥ ਦਾ? ਇੱਦਾਂ ਨਾ, ਜ਼ਿੰਦਗੀ ਫਾਸਟ ਬਹੁਤ ਹੋ ਗਈ, ਲਾਈਫ 'ਚ ਸਟਰਗਲ ਹਰ ਬੰਦੇ ਦੀ ਜ਼ਿੰਦਗੀ 'ਚ, ਹੁਣ ਤੁਸੀਂ ਮੀਡੀਆ ਨਾਲ ਜੁੜੇ ਹੋ, ਤੁਹਾਡੀ ਲਾਈਫ 'ਚ ਵੀ ਸਟਰਗਲ ਹੈ, ਮੇਰੀ ਲਾਈਫ 'ਚ ਵੀ ਐਜ਼ ਏ ਪ੍ਰੋਡਿਊਸਰ ਸਟਰਗਲ ਹੈ, ਐਜ਼ ਏ ਡਿਸਟ੍ਰੀਬਿਊਟਰ ਸਟਰਗਲ ਹੈ, ਅਤੇ ਦੌੜ ਦੇ ਵਿੱਚ ਤਾਂ ਹਰ ਬੰਦਾ ਕੋਈ ਲੱਗਾ ਹੋਇਆ। ਮੈਨੂੰ ਲੱਗਦਾ ਕਿ ਆਪਣੇ ਮੋਰਲਸ ਇਮੋਸ਼ਨਸ ਔਰ ਫੈਮਿਲੀ ਬਾਹਰਲੇ ਕੋਈ ਤੀਸਰਾ ਚੌਥੇ ਰਿਸ਼ਤੇਦਾਰ ਨਾਲ ਤਾਂ ਜੋ ਮਰਜ਼ੀ ਤੁਸੀਂ ਕਰ ਲਓ, ਮਾਂ ਪਿਓ ਦੇ ਨਾਲ ਨਹੀਂ ਕਦੀ ਕੀਤੀ, ਉਹ ਇੱਕ ਤਰ੍ਹਾਂ ਰੱਬ ਦਾ ਰੂਪ ਹੀ ਹੈ। ਅਤੇ ਜਦ ਬੰਦਾ ਕਹੇ ਨਾ ਕਿ ਮੰਦਰਾਂ 'ਚ ਚੱਲ ਜਾਵਾਂ, ਮੈਂ ਰੱਬ ਨੂੰ ਮੱਥਾ ਟੇਕ ਲਵਾਂ ਔਰ ਮਾਂ ਪਿਓ ਨੂੰ ਆ ਕੇ ਘਰ ਸਿਆਣੇ ਨਾ, ਅਤੇ ਇਸ ਕਰਕੇ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹ ਰੱਬ ਦਾ ਨਿਰਾਦਰ ਹੀ ਆ, ਮਾਂ ਪਿਓ ਨੂੰ ਨਾ ਸਿਆਣਾ। ਅੱਛਾ, ਇੱਕ ਚੀਜ਼ ਹੋਰ ਇਹ ਪੁੱਛਣਾ ਚਾਹੂੰਗੀ ਕਿ ਫਿਲਮਾਂ ਦੇਖੋ, ਇਹ ਸਾਲ ਹੁਣ ਖਤਮ ਹੋਣ 'ਤੇ ਆ ਗਿਆ, ਕਈ ਫਿਲਮਾਂ ਰਿਲੀਜ਼ ਹੋਈਆਂ, ਕਈ ਫਿਲਮਾਂ ਨੇ ਹਿਸਟਰੀ ਹੀ ਕ੍ਰੀਏਟ ਕੀਤੀ, ਕੈਰੀਅਨ ਜੱਟਾ 3 ਲੈ ਲਓ ਤੁਸੀਂ, ਮਸਤਾਨੇ ਵਰਗੀ ਫਿਲਮ, ਬੂਹੇ ਬਾਰੀਆਂ ਫਿਲਮ। ਸੋ ਇਸ ਫਿਲਮ ਦਾ ਐਸ ਪ੍ਰੋਡਿਊਸਰ ਕਿਵੇਂ ਤੁਸੀਂ ਦੇਖ ਰਹੇ ਹੋ ਕਿ ਅੱਗੇ ਤੁਹਾਡੀ ਉਮੀਦਾਂ ਨੇ? ਇੱਦਾਂ ਨਾ, ਹਰ ਤਰ੍ਹਾਂ ਦਾ ਸਿਨੇਮਾ ਚੱਲ ਰਿਹਾ, ਅਗਰ ਜੇ ਤੁਸੀਂ ਕਲੀ ਚੋਟਾ ਫਿਲਮ ਦੇਖੋ, ਇਸ
ਇਸ ਸਾਲ 2023 ਤੋਂ ਸਭ ਤੋਂ ਪਹਿਲੀ ਹਿੱਟ ਪਿਕਚਰ ਸੁਪਰ ਹਿੱਟ ਫਿਲਮ ਕਲੀ ਚੋਟਾ ਹੈ ਜਿਹਦੇ ਕਿ ਨੀਰੂ ਬਾਜਵਾ ਦੀ ਐਜ਼ ਏ ਫੀਮੇਲ ਬੇਸ ਟੋਪਿਕ 'ਤੇ ਫਿਲਮ ਹੈ ਉਹ ਵੀ ਚੱਲੀ ਸਮਾਜ ਨੇ ਅਸੈਪਟ ਕੀਤੀ ਕੈਰੀ ਓਨ ਜੱਟਾ ਆਈ ਉਹ ਆਪਣੇ ਆਪ 'ਚ ਬਹੁਤ ਸੁਪਰ ਹਿੱਟ ਫਰੈਂਚਾਈਜ਼ੀ ਹੈ ਮੇਰੇ ਹਿਸਾਬ ਨਾਲ ਪੰਜਾਬੀ ਸਿਨੇਮੇ ਦੀ ਵਨ ਆਫ ਦਾ ਬਿਗੈਸਟ ਫਰੈਂਚਾਈਜ਼ੀ ਹੈ ਉਹ ਵੀ ਲੋਕਾਂ ਨੇ ਕਿੰਨਾ ਪਿਆਰ ਦਿੱਤਾ ਫਿਰ ਉਸ ਤੋਂ ਬਾਅਦ ਗੋਡੇ ਗੋਡੇ 'ਚ ਆਈ ਸੋਨਮ ਦੀ ਪਿਕਚਰ ਉਹ ਵੀ ਦੇਖੋ ਲੋਕਾਂ ਨੇ ਕਿੱਦਾਂ ਅਸੈਪਟ ਕੀਤੀ ਸਾਰਿਆਂ ਦੇ ਟੋਪਿਕ ਫਿਰ ਮਸਤਾਨੇ ਆਈ ਮੇਰੇ ਹਿਸਾਬ ਨਾਲ ਸਿਨੇਮਾ ਬਦਲ ਰਿਹਾ ਜੇ ਕੋਈ ਰੂਟੀਨ ਗੱਲ ਕਰੋਗੇ ਤਾਂ ਲੋਕਾਂ ਨੇ ਕਨੈਕਸ਼ਨ ਕਿਉਂਕਿ ਉਹਨਾਂ ਨੇ ਕਿੰਨੀ ਵਾਰ ਦੇਖ ਚੁੱਕੇ ਆ ਅਤੇ ਰੂਟੀਨ ਗੱਲ ਲੋਕਾਂ ਨੇ ਕਨੈਕਸ਼ਨ ਜੋੜ ਨਹੀਂ ਪਾਉਂਦੀ ਡਿਫਰੈਂਟ ਗੱਲ ਲੈ ਕੇ ਆਓ ਮੈਨੂੰ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਉਹ ਕਨੈਕਟ ਕਰਦੀ ਹੈ ਔਰ ਰਿਐਲਿਟੀ ਤਾਂ ਹਮੇਸ਼ਾ ਹੀ ਹਰ ਬੰਦੇ ਨੂੰ ਪਤਾ ਹੀ ਹੁੰਦਾ ਰਿਐਲਿਟੀ ਲਾਈਫ ਦਾ ਕੀ ਹੈਗਾ ਔਰ ਜਾਂ ਤੁਸੀਂ ਬੈਠੇ ਹੋ ਜਾਂ ਇੱਥੇ ਸਮਾਂ ਇੰਨੇ ਪ੍ਰੈਸ ਰਿਪੋਰਟਰ ਆਏ ਆ ਜਿਹੜੇ ਟੋਪਿਕ 'ਤੇ ਫਿਲਮ ਬਣਾਈ ਆ ਉਹਨਾਂ ਦੇ ਵੀ ਨੇੜੇ ਤੇੜੇ ਰਿਸ਼ਤੇਦਾਰਾਂ 'ਚ ਜਾਂ ਉਹਨਾਂ ਦੇ ਘਰਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਕਹਾਣੀ ਦੇਖਣ ਨੂੰ ਮਿਲਦੀ ਹੀ ਹੈ ਅੱਛਾ ਬੀਂਗ ਪ੍ਰੋਡਿਊਸਰ ਔਰ ਡਿਸਟ੍ਰੀਬਿਊਟਰ ਇਸ ਫਿਲਮ ਨੂੰ ਚੁਣਨ ਦੀ ਖਾਸ ਵਜ੍ਹਾ ਕੀ ਸੀ ਤੁਹਾਡੇ ਨਜ਼ਰੀਏ ਤੋਂ ਟੋਪਿਕ ਜਿਹੜਾ ਕਨਸੈਪਟ ਹੈ ਬਹੁਤ ਵਧੀਆ ਹੈ ਔਰ ਸਾਨੂੰ ਲੱਗਦਾ ਹੈ ਕਿ ਇੱਦਾਂ ਦੀਆਂ ਗੁੱਡ ਫਿਲਮਸ ਬਣਨੀਆਂ ਚਾਹੀਦੀਆਂ ਹੋਰ ਵੀ ਬਣਨੀਆਂ ਚਾਹੀਦੀਆਂ ਕੋਈ ਵੀ ਰਿਐਲਿਟੀ ਦੇ ਨੇੜੇ ਦਾ ਟੋਪਿਕ ਹੋਵੇ ਔਰ ਮੈਂ ਤਾਂ ਹੁਣ ਅਗਰ ਜੇ ਤੁਸੀਂ ਕੰਪੈਰੀਜ਼ਨ ਦੇਖੋ ਪਹਿਲੇ CID ਆਉਂਦਾ ਸੀ ਫਿਰ ਬਾਅਦ ਕ੍ਰਾਈਮ ਪੈਟਰੋਲ ਆ ਗਿਆ ਕ੍ਰਾਈਮ ਪੈਟਰੋਲ ਜਦੋਂ ਆਇਆ ਤਾਂ ਉਹਨੇ CID ਨੂੰ ਓਵਰਲੈਪ ਕਰਤਾ ਅਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹ ਕਿਉਂ ਹੋਇਆ ਕਿਉਂਕਿ ਉਹ ਰਿਐਲਿਟੀ ਦੇ ਨੇੜੇ ਸੀਗਾ ਕ੍ਰਾਈਮ ਪੈਟਰੋਲ ਅਤੇ ਇਸ ਲਈ ਇਹ ਵੀ ਫਿਲਮ ਨਾ ਰਿਐਲਿਟੀ ਦੇ ਨੇੜੇ ਹੈ ਰਿਐਲਿਟੀ ਤਾਂ ਸਮਾਜ ਦੀ ਸਭ ਨੂੰ ਪਤਾ ਹੀ ਹੈ ਨਾ ਅਗਰ ਕੋਈ ਮੰਨੇ ਨਾ ਮੰਨੇ ਉਹ ਗੱਲ ਵੱਖਰੀ ਹੈ ਅਤੇ ਇਸ ਕਰਕੇ ਮੈਨੂੰ ਤਾਂ ਲੱਗਦਾ ਕਿ ਇਹ ਕੋਈ ਵੀ ਟੋਪਿਕ ਵਧੀਆ ਹੋਵੇ ਕੋਈ ਵੀ ਲਾਈਫ ਦੇ ਵਿੱਚ ਪ੍ਰੈਕਟੀਕਲ ਟੋਪਿਕ ਹੋਵੇ ਬਣਨੀਆਂ ਚਾਹੀਦੀਆਂ ਫੇਕ ਸਟੋਰੀਆਂ ਤਾਂ ਉਹ ਵੀ ਚੱਲਦੀਆਂ ਇਹ ਨਹੀਂ ਚੱਲਦੀਆਂ ਬਟ ਕਿਤੇ ਨਾ ਕਿਤੇ ਇੱਦਾਂ ਦੀ ਫਿਲਮਾਂ ਵੀ ਬਣਨੀਆਂ ਚਾਹੀਦੀਆਂ ਹਰ ਤਰ੍ਹਾਂ ਦੀ ਫਿਲਮਾਂ ਸਮਾਜ 'ਚ ਬਣਨੀਆਂ ਚਾਹੀਦੀਆਂ ਸੋ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਇਹੀ ਕਹੂੰਗਾ 27 ਤਰੀਕ ਨੂੰ ਸਾਨੂੰ ਪਿਆਰ ਦਿਵੋ ਸਾਨੂੰ ਰਿਵਾਰਡ ਦਿਵੋ ਔਰ ਆਪਣੀ ਫੈਮਿਲੀ ਦੇ ਨਾਲ ਇਹ ਫਿਲਮ ਦੇਖਣ ਆਓ ਔਰ ਸਾਡੀ ਮਿਹਨਤ 'ਤੇ ਸਾਨੂੰ ਰਿਸਪੈਕਟ ਦਿਓ ਆਪਣੀ ਫਿਲਮ ਦੇਖ ਕੇ ਟਿਕਟਸ 'ਤੇ ਪੈਸਾ ਖਰਚ ਕੇ ਬਾਕਸ ਆਫਿਸ ਦੇ ਵਿੱਚ ਜਿਹੜਾ ਟ੍ਰਾਂਸਫੋਰਮੇਸ਼ਨ ਹੋਵੇ ਅਤੇ ਇਹੀ ਹੈ ਕਿ ਸਭ ਨੂੰ 27 ਤਰੀਕ ਨੂੰ ਆਓ ਇਸ ਫਿਲਮ ਤੋਂ ਮੈਂ ਇਹ ਕਹਿਣਾ ਚਾਹੂੰਗੀ ਕਿ ਕੁਛ ਨਹੀਂ ਤਾਂ ਤੁਸੀਂ ਇਹ ਜ਼ਰੂਰ ਸਿੱਖੋਗੇ ਕਿ 4 ਇੱਟਾਂ ਦੇ ਨਾਲ ਬਣੇ ਮਕਾਨ ਅਤੇ ਘਰ ਦੇ ਵਿੱਚ ਕੀ ਅੰਤਰ ਹੈ ਬਾਕੀ ਤੁਹਾਡੇ 'ਤੇ ਡਿਪੈਂਡ ਕਰਦਾ ਇਸ ਫਿਲਮ ਨੂੰ ਦੇਖਣਾ ਅਤੇ ਆਪਣੀ ਰਿਵਿਊ ਜ਼ਰੂਰ ਸ਼ੇਅਰ ਕਰਨਾ ਅਤੇ ਆਪਾਂ ਮਿਲਦੇ ਹਾਂ 27 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਦੇਖਦੇ ਰਹੋ ਪੰਜਾਬ ਪਲੱਸ ਟੀਵੀ ਧੰਨਵਾਦ